ਕੀ ਹੋਇਆ ਸੀ, ਕਿਵੇਂ ਹੋਇਆ ਜੀ? ਸਰ ਸਿਮਰਜੀਤ ਸਿੰਘ ਬੈਂਸ ਸਾਡੇ ਪੜੋਸੀ ਨੇ ਅਤੇ ਇਹ ਮੈਨੂੰ ਸਾਡੇ ਅਸੀਂ ਨਾ ਘਰ ਲਿਆ ਸੀ 10 ਲੱਖ ਲੋਨ, 10 ਲੱਖ ਕੈਸ਼ ਦੇ ਕੇ ਡੀਲਰ ਕੋਲੋਂ, ਅਤੇ ਉਹ ਡੀਲਰ ਦੇ ਘਰ ਇਹਨਾਂ ਦੀ ਰੈਲੀ ਸੀ ਅਤੇ ਰੈਲੀ 'ਚ ਮਿਲੇ ਸੀ ਮੈਨੂੰ, ਕਹਿੰਦੇ ਸੀ ਤੇਰਾ ਘਰ ਕਿੱਥੇ? ਮੈਂ ਕਿਹਾ ਇੱਥੇ ਕੋਲ ਹੀ ਹੈ ਮੇਰਾ ਘਰ, ਅਤੇ ਉਸ ਤੋਂ ਬਾਅਦ ਸਾਡੇ ਘਰ ਦੀ ਨਾ ਇੰਸਟਾਲਮੈਂਟ ਟੁੱਟ ਗਈ ਸੀ ਤਾਂ ਮੈਨੂੰ ਇਹ ਲੱਗਿਆ ਕਿ ਡੀਲਰ ਦੇ ਕੰਟੈਕਟ 'ਚ ਨੇ ਤਾਂ ਮੇਰੀ ਹੈਲਪ ਕਰਨਗੇ ਨਾ ਬੈਂਕ ਵਾਲੇ ਡੀਲਰ ਦੇ ਕੰਟੈਕਟ 'ਚ ਨੇ, ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਉਹਨਾਂ ਕੋਲ ਗਈ ਕਿ ਮੇਰੀ ਹੈਲਪ ਕਰ ਦਿਓ ਨਾ, ਮੈਨੂੰ ਥੋੜ੍ਹਾ ਟਾਈਮ ਲੈ ਦੇ ਬੈਂਕ ਵਾਲਿਆਂ ਤੋਂ, ਤਾਂ ਕਹਿੰਦੇ ਕਿ ਤੁਸੀਂ ਟਾਈਮ, ਮੈਂ ਕਹਿੰਦੇ ਤੈਨੂੰ ਕਰਨ ਦੇਣਾ ਹੀ ਪੈਣਾ, ਘਰ ਸਰੈਂਡਰ ਕਰਨਾ ਪੈਣਾ ਕਿਉਂਕਿ ਇਹ ਮਾਫੀਆ ਆ, ਤੈਨੂੰ ਇਹਨੂੰ ਸਰੈਂਡਰ ਕਰਨਾ ਹੀ ਪੈਣਾ। ਮੈਂ ਕਹਿੰਦੇ ਡੀਲਰ ਜੋ ਕਹਿੰਦਾ ਉਵੇਂ ਕਰ, ਮੈਂ ਕਿਹਾ ਡੀਲਰ ਕਹਿੰਦਾ 4.5 ਲੱਖ ਕੈਸ਼ ਦਊਂਗਾ ਅਤੇ ਨਾਲ ਜੱਸੋਵਾਲ ਜਗ੍ਹਾ ਦਊਂਗਾ 60 ਗਜ਼, ਜਗ੍ਹਾ ਉਹਨਾਂ ਨੇ ਮੈਨੂੰ ਦੇਤੀ। ਅਤੇ ਉਸ ਤੋਂ ਬਾਅਦ ਜਦੋਂ ਮੈਨੂੰ ਲੋਕਡਾਊਨ ਤੋਂ ਪਹਿਲਾਂ ਮੈਂ ਉਹਨੂੰ ਕਿਹਾ ਵੀ ਜਗ੍ਹਾ ਦੀ ਪੇਮੈਂਟ ਚਾਹੀਦੀ ਹੈ ਮੈਨੂੰ, ਅਸੀਂ ਇੱਥੇ ਜਾਣਾ ਤਾਂ ਹੈ ਨਹੀਂ, ਇਹਨਾਂ ਨੇ ਫੁੱਲ ਐਂਡ ਫਾਈਨਲ 92 ਹੀ ਦਿੱਤਾ ਸੀ ਮੈਨੂੰ, ਤਾਂ ਮੈਂ ਇਹਨਾਂ ਉਹਨੂੰ ਕਿਹਾ, ਕਹਿੰਦਾ ਵੀ ਲੋਕਡਾਊਨ ਤੋਂ ਪਹਿਲਾਂ ਦੀਆਂ ਗੱਲਾਂ ਸੀਗੀਆਂ, ਹੁਣ ਤਾਂ ਤੁਹਾਨੂੰ 2000 ਪਹਿਲਾਂ 2500 3000 ਕਿਹਾ ਸੀ, ਲੋਕਡਾਊਨ ਤੋਂ ਬਾਅਦ ਕਹਿੰਦਾ ਕਿ ਮੈਂ ਤੁਹਾਨੂੰ 1500-1600 ਦੇ ਹਿਸਾਬ ਨਾਲ ਪੈਸੇ ਦਊਂਗਾ। ਸਿਮਰਜੀਤ ਸਿੰਘ ਬੈਂਸ ਕੋਲ ਗਈ ਤਾਂ ਮੈਨੂੰ ਕਹਿੰਦੇ ਕਿ ਕੋਈ ਗੱਲ ਨਹੀਂ, ਮੈਂ ਗੱਲ ਕਰ ਲੈਂਦਾ, ਤੂੰ ਰੂਮ 'ਚ ਬੈਠ। ਰੂਮ 'ਚ ਬੈਠੀ ਤਾਂ ਇਹਨਾਂ ਨੇ ਮੇਰੇ ਨਾਲ ਰਿਲੇਸ਼ਨ ਬਣਾਏ, ਉਸ ਤੋਂ ਬਾਅਦ ਮੈਨੂੰ ਕਹਿੰਦੇ ਮੈਂ ਡੀਲਰ ਨਾਲ ਗੱਲ ਕਰ ਲਈ, ਉਹ ਚਲ ਜਾ ਉਹਦੇ ਕੋਲ। ਡੀਲਰ ਕੋਲ ਗਈ ਤਾਂ ਮੈਨੂੰ ਕਹਿੰਦੇ ਤੈਨੂੰ 25,000 ਰੁਪਈਆ ਆਪਣੀ ਪੋਕਿਟ 'ਚ ਦਊਗਾ। ਉਹਨੇ ਮੈਨੂੰ 20,000 ਕੈਸ਼ ਦਿੱਤਾ, 5,000 ਰੁਪਈਆ ਕਹਿੰਦਾ ਸ਼ਾਮ ਨੂੰ ਦਊਂਗਾ। ਜੋ ਸ਼ਾਮ ਨੂੰ ਫੋਨ ਕੀਤਾ ਕਹਿੰਦਾ ਟਰੋਲੀ ਕੋਲ ਆਇਓ, ਫਿਰ ਕਾਰ 'ਚ ਬੈਠੋ, ਫਿਰ ਪੇਮੈਂਟ ਦਊਂਗਾ, ਫਿਰ ਪੇਮੈਂਟ ਦਿੱਤੀ ਉਹਨੇ ਮੈਨੂੰ। ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਤੰਗ ਕਰਦਾ ਪਿਆ ਵਾ ਉਹ ਨਾ, ਅਤੇ ਦੂਸਰੀ ਪੇਮੈਂਟ ਅੱਗੋਂ ਮੈਂ ਕਿਹਾ ਹੋਰ ਪੇਮੈਂਟ, ਕਿਉਂਕਿ ਮੇਰਾ 1.5 ਲੱਖ ਦਾ ਪਲੋਟ ਸੀਗਾ ਉਹ, ਤਾਂ ਮੈਂ ਇਹਨਾਂ ਨੂੰ ਕਿਹਾ ਕਿ ਬਾਕੀ ਦੀ ਪੇਮੈਂਟ। ਕਹਿੰਦੇ ਕੋਈ ਗੱਲ, ਕਹਿੰਦਾ ਤੁਸੀਂ ਆਪੇ ਵੇਚ ਲਓ, ਰਜਿਸਟਰੀ ਕਰਾ ਦਿੰਦੇ ਹਾਂ। ਮੈਂ ਕਿਹਾ ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਅਸੀਂ ਜੱਸੋਵਾਲ ਨਹੀਂ ਆਉਣਾ, ਫੁੱਲ ਐਂਡ ਫਾਈਨਲ 92 ਹੋਇਆ, ਮੈਂ ਕਿਹਾ ਰਜਿਸਟਰੀ ਕਰਾਵਾਂ, ਅਤੇ ਕਹਿੰਦੇ ਫਿਰ ਮੈਂ ਇਹਨਾਂ ਨੂੰ ਕਿਹਾ, ਕਹਿੰਦੇ ਇਹਦੀ ਲਾਈਨ ਨਹੀਂ ਹੈਗੀ, ਤੂੰ ਵੇਚ। ਅਤੇ ਮੈਂ ਟਰਾਈ ਵੀ ਕੀਤਾ ਬਹੁਤ, ਪਰ ਡੀਲਰ ਨਹੀਂ ਮੰਨੇ ਨਾ। ਮੈਂ ਜਦੋਂ ਇਹਦੇ ਕੋਲ ਗਈ, ਕਹਿੰਦਾ ਵੇਚ ਲਿਆ ਫਿਰ? ਮੈਂ ਕਿਹਾ ਨਹੀਂ ਵਿਕਿਆ ਨਹੀਂ। ਫਿਰ ਇਹਨਾਂ ਦੇ ਮੈਸੇਜ ਆਇਆ ਮੈਨੂੰ, ਕਹਿੰਦੇ ਲੈ ਲਈ ਪੇਮੈਂਟ? ਮੈਂ ਕਿਹਾ ਨਹੀਂ, ਪੇਮੈਂਟ ਨਹੀਂ ਦਿੱਤੀ ਉਹਨੇ। ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਮੈਂ ਉਹਨਾਂ ਨਾਲ ਗੱਲ ਕਰ ਲੈਂਦਾ ਹਾਂ, ਅਤੇ ਤੂੰ, ਮੈਂ ਕਿਹਾ ਲੁੱਟੇ ਹੋਇਆਂ ਨੂੰ ਲੁੱਟੀ ਜਾ ਰਹੇ, 1600 ਰੁਪਈਏ ਕਹਿ ਰਹੇ ਆ। ਕਹਿੰਦੇ ਕੋਈ ਨਾ, ਤੂੰ ਜਸਵੀਰ ਭਾਬੀ ਘਰ ਆ ਜਾ, ਮੈਂ ਤੇਰੀ ਗੱਲ ਕਰਾ ਦਿੰਦਾ ਨਾ। ਜਦ ਮੈਂ ਭਾਬੀ ਘਰ ਗਈ, ਇਹਨੇ ਮੇਰੇ ਨਾਲ ਰਿਲੇਸ਼ਨ ਬਣਾਇਆ, ਅਤੇ ਉਸ ਤੋਂ ਬਾਅਦ ਫਿਰ ਡੀਲਰ ਨਾਲ ਕਾਲ ਕਰੀ, ਡੀਲਰ ਫਿਰ ਨਹੀਂ ਮੰਨਿਆ, ਕਹਿੰਦਾ ਵੀ ਮੈਂ, ਮੇਰੇ ਕੋਲ ਪੇਮੈਂਟ ਨਹੀਂ ਹੈਗੀ ਹਜੇ। ਫਿਰ ਮੈਂ ਇਹਨਾਂ ਨੂੰ ਕਿਹਾ, ਤਾਂ ਫਿਰ ਮੈਨੂੰ ਕਹਿੰਦੇ ਜਸਵੀਰ ਕੋਲ ਭਾਬੀ ਘਰ ਆ, ਫਿਰ ਮੈਂ ਤੈਨੂੰ, ਮੈਂ ਗੱਲ ਕਰ ਲੈਂਦਾ, ਕੋਈ ਗੱਲ ਨਹੀਂ। ਫਿਰ ਮੈਂ ਗਈ ਤਾਂ ਇਹਦਾ ਬੇਟਾ ਘਰ ਸੀ, ਤਾਂ ਮੈਂ ਵਾਪਸ ਮੁੜਨ ਲੱਗੀ, ਕਹਿੰਦਾ ਬੈਂਸ ਸਾਹਿਬ ਦਾ ਫੋਨ ਆਇਆ ਸੀ, ਬੈਠੋ। ਜਦ ਮੈਂ ਬੈਠੀ ਤਾਂ ਉਸ ਤੋਂ ਬਾਅਦ ਬੈਂਸ ਸਿਮਰਜੀਤ ਸਿੰਘ ਬੈਂਸ ਆ ਗਿਆ, ਆ ਕੇ ਕਹਿੰਦੇ ਕਿ ਉਹਦੇ ਬੇਟੇ ਨੂੰ ਕਿਸ ਕਰਨ ਲੱਗ ਗਏ। ਮੈਂ ਕਿਹਾ ਗਲਤ ਆ, ਤਾਂ ਕਹਿੰਦੇ ਕੋਈ, ਉਹਨੂੰ ਬਾਹਰ ਕੱਢਤਾ। ਉਸ ਤੋਂ ਬਾਅਦ ਫਿਰ ਰਿਲੇਸ਼ਨ ਬਣਾਉਣ ਲੱਗਿਆ, ਉਹਨੂੰ ਅੰਦਰ ਵਾੜ ਲਿਆ, ਤਾਂ ਮੈਂ ਕਿ ਰੋਣ ਲੱਗ ਗਈ, ਤਾਂ ਫਿਰ ਉਹਨੂੰ ਬਾਹਰ ਕੱਢਤਾ। ਉਸ ਤੋਂ ਬਾਅਦ ਮੈਂ ਇੱਕ ਕੰਪਲੇਨ ਵੀ ਕਰੀ ਹੋਈ ਸੀ ਪੁਲਿਸ ਕੰਪਲੇਨ, ਤਾਂ ਉਹਨਾਂ ਦੀ ਕਾਲ ਆ ਗਈ ਮੈਨੂੰ, ਕਹਿੰਦੇ ਕਿ ਮੈਡਮ ਤੁਸੀਂ ਕਾਲ ਕਰੀ ਸੀ ਡੀਲਰ ਗਏ ਸੀ। ਮੈਂ ਕਿਹਾ ਹਾਂਜੀ, ਜਸਕਰਨ ਤੇਜਾ ਸਰ ਨੇ ਬੁਲਾਇਆ ਮੈਨੂੰ, ਤਾਂ ਮੈਂ ਉੱਥੇ ਗਈ ਤਾਂ ਮੈਨੂੰ ਕਹਿੰਦੇ ਕਿ ਡੀਲਰ ਨੂੰ ਕਹਿੰਦੇ ਕੀ ਗੱਲ ਆ, ਕਹਿੰਦਾ ਸਾਡੀ ਸੈਟਲਮੈਂਟ ਕਰਾਤੀ ਬੈਂਸ ਸਾਹਿਬ ਨੇ, 20,000 ਰੁਪਏ 2,000 ਰੁਪਏ ਰੇਟ ਹੋ ਗਿਆ। ਤਾਂ ਮੈਂ ਕਿਹਾ ਮੇਰੀ ਮਜਬੂਰੀ ਸੀ ਸਰ, ਮੈਂ ਕੋਈ ਸੈਟਲਮੈਂਟ ਨਹੀਂ ਕਰੀ ਇਹਨਾਂ ਨਾਲ, ਮੇਰੀ ਮਜਬੂਰੀ ਦਾ ਫਾਇਦਾ ਉਠਾਇਆ ਇਹਨਾਂ ਨੇ। ਕਿਤੇ ਉਹ ਕਹਿੰਦੇ ਵੀ ਕੀ ਕਿਹਾ ਸੀ, ਮੈਂ ਕਿਹਾ ਨੇ ਮੈਨੂੰ 2500-3000 ਕਿਹਾ ਸੀ, ਤਾਂ ਉਹ ਕਹਿੰਦੇ ਕਿ 2500 ਦੇ ਹਿਸਾਬ ਨਾਲ ਪੈਸੇ ਦੇ ਮੈਡਮ ਨੂੰ। ਤਾਂ ਕਹਿੰਦਾ ਕਿ ਡੀਲਰ ਕਹਿੰਦਾ ਕਿ ਮੇਰੇ ਨਾਲ ਧੱਕਾ ਵਾ, ਕਹਿੰਦੇ ਮੈਡਮ ਬੇਟਾ ਤੂੰ ਬਾਹਰ ਬੈਠ, ਮੇਰੇ ਨਾਲ ਗੱਲ ਕਰਦਾ। ਜਦ ਮੈਂ ਬਾਹਰ ਗਈ ਤਾਂ ਅੰਦਰ ਆਈ ਤਾਂ ਕਹਿੰਦੇ ਕੱਲ੍ਹ ਪੇਮੈਂਟ ਲੈ ਲਈ, ਪੁਲਿਸ ਨੇ ਮੈਨੂੰ 60,000 ਦਵਾਤਾ। ਤਾਂ ਮੇਰੇ ਇਹਨੂੰ ਫਿਰ ਇਹਦਾ ਫਿਰ 29 ਅਕਤੂਬਰ ਨੂੰ ਮੈਨੂੰ ਮੈਸੇਜ ਆਇਆ, ਕਿੱਥੇ ਹੋ? ਮੈਂ ਔਫਿਸ ਸੀ। ਮੈਂ ਕਿਹਾ ਔਨ ਦਾ ਵੇ ਹਾਂ। ਕਹਿੰਦਾ ਆ ਜਾਓ। ਮੈਂ ਕਿਹਾ ਕਿੱਥੇ ਆਵਾਂ? ਕਹਿੰਦਾ ਮੇਰੇ ਔਫਿਸ ਆ ਜਾ। ਅਤੇ ਮੈਂ ਔਫਿਸ ਗਈ, ਮੈਨੂੰ ਕਹਿੰਦੇ ਰੂਮ 'ਚ ਬੈਠੋ। ਮੈਂ ਰੂਮ 'ਚ ਨਹੀਂ ਬੈਠੀ, ਸਿੱਧਾ ਜਾ ਕੇ ਔਫਿਸ ਅੰਦਰ ਮਿਲੀ। ਮੈਂ ਕਿਹਾ ਦੱਸੋ। ਕਹਿੰਦੇ ਕੀ ਹਾਲ ਆ? ਮੈਂ ਕਿਹਾ ਵਧੀਆ ਆ। ਕਹਿੰਦੇ ਤੂੰ ਰੂਮ 'ਚ ਨਹੀਂ ਬੈਠੀ? ਮੈਂ ਕਿਹਾ ਤੁਸੀਂ ਆ ਗਏ ਮਾਇੰਡ ਫਰੀ, ਮੈਨੂੰ ਬਹੁਤ ਟੈਨਸ਼ਨਸ ਨੇ, ਮੇਰੇ ਬੱਚਿਆਂ ਦੀ ਰਿਸਪੋਂਸੀਬਿਲਟੀਆਂ ਨੇ ਮੇਰੇ ਕੋਲ। ਅਤੇ ਕਹਿੰਦੇ, ਮੈਂ ਕਿਹਾ ਥੱਕੀ ਹੋਈ ਹਾਂ। ਮੈਂ ਕਹਿੰਦੇ ਤੁਸੀਂ ਥਕਾਵਟ ਲਾ ਦਿੰਦੀ ਹਾਂ। ਮੈਂ ਕਿਹਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ। ਕਹਿੰਦੇ ਚੱਲ ਕੋਈ ਗੱਲ ਨਹੀਂ, ਕਹਿੰਦੇ ਜਦੋਂ ਟਾਈਮ ਹੋਇਆ ਉਦੋਂ ਦੱਸੀ। ਮੈਂ ਘਰ ਆ ਗਈ ਅਤੇ ਉਸ ਤੋਂ ਬਾਅਦ ਇਹਦੇ ਮੈਸੇਜ ਆਏ ਨੇ, ਮੈਂ ਨਹੀਂ ਗਈ। ਇਹਦੇ ਬ੍ਰਦਰ ਨੂੰ ਕੰਪਲੇਨ ਕਰੀ, ਇਹਦੇ ਬ੍ਰਦਰ ਨੇ ਅੱਗੋਂ ਹੋਰ, ਉਹਦਾ ਬ੍ਰਦਰ ਵੀ ਇਹਦਾ ਸ਼ੁਰੂ ਹੋ ਗਿਆ ਕਾਲ ਕਰਨ ਲਈ, ਕਿਤੇ ਵੀਡੀਓ ਕਾਲ ਕਰੀ, ਕਾਲ ਮਿਲੋ ਮੈਨੂੰ, ਮਿਲੋ ਮੈਨੂੰ। ਉਸ ਤੋਂ ਬਾਅਦ ਮੈਂ ਨਹੀਂ ਕਾਲ ਕਰੀ। ਕੱਲ੍ਹ ਫਿਰ ਮੈਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮੈਂ ਕੰਪਲੇਨ ਕਰਨੀ ਹੈ, ਤਾਂ ਇਹਦਾ ਬ੍ਰਦਰ ਮੇਰੇ ਘਰ ਆਇਆ ਕੱਲ੍ਹ, ਕਹਿੰਦਾ ਮੇਰੇ ਨਾਲ 10 ਮਿੰਟ ਲਈ ਬਾਹਰ ਚੱਲੋ। ਮੈਂ ਕਿਹਾ ਨਹੀਂ, ਮੈਂ ਬਾਹਰ ਨਹੀਂ ਜਾਣਾ। ਅਤੇ ਮੈਂ ਕਿਹਾ ਮੇਰਾ ਬੇਟਾ ਘਰ ਆ, ਤਾਂ ਕਹਿੰਦਾ 1.5 ਘੰਟੇ ਬਾਅਦ। ਮੈਂ ਕਿਹਾ ਮੈਂ ਮਿਲੂੰਗੀ ਤੈਨੂੰ। ਫਿਰ 1 ਘੰਟੇ ਬਾਅਦ ਕਾਲ ਆਈ, ਮੈਂ ਕਿਹਾ ਮੈਂ ਹਜੇ ਨਹੀਂ ਮਿਲ ਸਕਦੀ। ਫਿਰ ਮੈਂ ਸਿੱਧਾ CP ਸਰ ਕੋਲ ਚਲੀ ਗਈ, ਉਹਨਾਂ ਨੇ ਰਿਪੋਰਟ ਫਾਰਵਰਡ ਕਰੀ ਹੋਈ ਆ। ਹੁਣ ਮੇਰੇ ਘਰ ਫੋਨ ਕਰਦਾ ਪਿਆ ਵਾ, ਮੇਰੇ ਡੈਡੀ ਨੂੰ ਫੋਨ ਕਰਤਾ ਇਹਨੇ ਕਿ
ਵੀਡੀਓ ਕਾਲਾਂ ਕਰਦਾ ਪਰ ਮੈਂ ਪਿੱਕ ਨਹੀਂ ਕਰੀਆਂ ਮਿਸ ਨੇ ਸਾਰੀਆਂ ਕੋਈ ਕਾਲ ਨਹੀਂ ਮੇਰੀ ਪਿੱਕ ਕਰੀ ਹਾਂਜੀ ਸਰ ਰਿਪੋਰਟ ਫਾਰਵਰਡ ਕਰਤੀ ਉਹਨਾਂ ਨੇ ਅੱਗੋਂ ਹੁਣ ਕਾਰਵਾਈ ਹੋਊਗੀ ਪੁਲਿਸ ਸਰ ਇਹ ਨਹੀਂ ਮੈਨੂੰ ਪਤਾ ਹੈਗਾ ਉਹਨਾਂ ਨੇ ਫਾਰਵਰਡ ਕਰਤੀ ਹੈ ਹਾਂਜੀ ਸਰ ਦੇਖੋ ਕਿੰਨੇ ਕੁ ਟਾਈਮ ਦੀ ਕਿੰਨੇ ਅਗਸਤ ਤੋਂ ਅਕਤੂਬਰ ਸਰ ਹਾਂਜੀ ਸਰ ਠੀਕ ਹੈ ਤੇ ਹੁਣ ਤੁਹਾਡੀ ਕੀ ਡਿਮਾਂਡ ਹੈ ਕਿਉਂਕਿ ਸਰ ਡਿਮਾਂਡ ਇਹ ਹੈ ਕਿ ਇੱਕ ਐਮਐਲਏ ਹੋ ਕੇ ਡੀਲਰ ਨੂੰ ਫੋਨ ਕਰੀਏ ਤੇ ਉਹ ਡੀਲਰ ਗੱਲ ਨਾ ਮੰਨੇ ਉਹਦੀ ਕਿ ਇਹ ਸੋਚੀ ਸਮਝੀ ਸਾਜਿਸ਼ ਹੀ ਹੈ ਸਰ ਡੀਲਰ ਦੀ ਕੀ ਹਿੰਮਤ ਆ ਕਿ ਇਹਦੀ ਕਹੇ ਤਾਂ ਮੈਨੂੰ ਪੇਮੈਂਟ ਨਾ ਦੇਵੇ ਉਹ ਵੀ 1.5 ਲੱਖ ਰੁਪਈਆ ਉਹ ਵੀ ਮੇਰਾ ਉਹਨੇ ਘਰ ਵੇਚ ਲਿਆ 18.5 ਲੱਖ ਦਾ 8.5 ਲੱਖ ਕਮਾ ਚੁੱਕਿਆ ਉਹ 'ਚੋਂ 5 ਲੱਖ 30 ਹਜ਼ਾਰ ਦੇਣਾ ਸੀ ਇਹਨੇ 2 ਲੱਖ ਫਿਰ ਵੀ ਕਮਾ ਰਿਹਾ ਸੀ ਤਾਂ ਵੀ ਮੈਨੂੰ ਸੀ ਦੇ ਰਿਹਾ ਰਵਾ ਰਵਾ ਕੇ ਜਲੀਲ ਕਰਕੇ ਦਿੱਤੇ ਪੈਸੇ ਇਹਨਾਂ ਨੇ ਇੰਨਾ ਜਲੀਲ ਕੀਤਾ ਇਹਨਾਂ ਨੇ ਮੈਨੂੰ ਤੁਹਾਡੀ ਫੈਮਿਲੀ 'ਚ ਹੋ ਕੌਣ ਨੇ ਮੇਰੇ ਬੇਟੇ ਨੇ 2 ਹਸਬੈਂਡ ਐਕਸਪਾਇਰ ਹੋ ਗਏ ਸੀ ਅਤੇ ਕੁੱਲ ਕਿੰਨੇ ਵਾਰ ਤੁਹਾਨੂੰ ਇਹਨੇ ਲਿਖਿਆ ਸਰ ਇਹਨੇ ਮੇਰੇ 10-12 ਵਾਰ ਮੇਰੇ ਨਾਲ ਕੀਤੀ ਹੈ ਜੀ